ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਔਰ ਇਹਦੇ ਜਿਹੜੇ ਪੈਰੋਕਾਰ ਸੀ ਉਹ ਪਿੰਡਾਂ ਕਸਬਿਆਂ ਦੇ ਵਿੱਚ ਸਿੱਖਾਂ ਨੂੰ ਉਕਸਾਉਂਦੇ ਵੀ ਸੀ, ਸਿੱਖਾਂ ਨੂੰ ਭੜਕਾਉਂਦੇ ਵੀ ਸੀ ਔਰ ਸਿੱਖਾਂ ਨੂੰ ਜਿਹੜਾ ਹੈ ਉਹ ਵਿਅੰਗ ਕਰਦੇ ਸੀ ਸਿੱਖਾਂ ਦੇ ਉੱਤੇ। ਅਤੇ ਜਦੋਂ ਸਿੱਖ ਕਿਤੇ ਇਕੱਠੇ ਹੋ ਕੇ ਇਹਨਾਂ ਦੇ ਖਿਲਾਫ਼ ਕੋਈ ਨਾ ਕੋਈ ਐਕਸ਼ਨ ਲੈਂਦੇ ਸੀ ਤਾਂ ਫਿਰ ਇਹ ਸਰਕਾਰੀ ਦਰਬਾਰੇ ਪਹੁੰਚ ਕਰਕੇ ਸਿੱਖਾਂ ਦੇ ਉੱਤੇ ਜਿਹੜਾ ਪਰਚੇ ਦਰਜ ਕਰਵਾਉਂਦੇ ਸੀ। ਇਹਨਾਂ ਨੇ ਇੱਕ ਵੱਖਰਾ ਜਿਹੜਾ ਆਪਣਾ ਬਹੁਤ ਵੱਡਾ ਪ੍ਰਭਾਵ ਜਿਹੜਾ ਹੈ ਉਹ ਗਿਣਤੀ ਦਾ ਉਹ ਸਰਕਾਰਾਂ ਦੇ ਉੱਤੇ ਵੀ ਬਣਾਇਆ ਹੋਇਆ ਸੀ। ਅਤੇ ਹੁਣ ਸਾਬਤ ਹੋ ਚੁੱਕਿਆ ਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਜਿਹੜੀਆਂ ਬੇਅਦਬੀਆਂ ਹੋਈਆਂ ਨੇ ਅਤੇ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਇਸ ਡੇਰੇ ਦੇ ਪੈਰੋਕਾਰਾਂ ਦਾ ਨਾਂ ਜਿਹੜਾ ਉਹ ਬੋਲਦਾ। ਅਤੇ ਜਿੱਥੇ ਪੀੜਤ ਤਰ੍ਹਾਂ ਦੀ ਜਿਹੜੀ ਪੁਕਾਰ ਸੀ ਕਿ ਇਨਸਾਫ਼ ਮਿਲੇ ਅਤੇ ਅਸੀਂ ਸਮਝਦੇ ਹਾਂ ਕਿਤੇ ਨਾ ਕਿਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੀਤੀਆਂ ਬੇਅਦਬੀਆਂ ਜਿਹੜੀਆਂ ਨੇ ਉਹਨਾਂ ਦਾ ਜਿਹੜਾ ਭਾਰ ਹੈ ਜਿਹੜਾ ਉਹ ਵੀ ਜਿਹੜਾ ਹੈ ਇਹ ਸਜ਼ਾ ਲਈ ਇੱਕ ਆਧਾਰ ਬਣਿਆ ਬਹੁਤ ਵੱਡਾ। ਔਰ ਖੁਸ਼ੀ ਵਾਲੀ ਗੱਲ ਹੈ ਕਿ ਅਦਾਲਤ ਨੇ ਆਪਣਾ ਕਾਰਜ ਜਿਹੜਾ ਬਾਖੂਬੀ ਕੀਤਾ ਹੈਗਾ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲਿਆ। ਅਗਾਂਹ ਹੋਰ ਵੀ ਜਿਹੜੇ ਮਾਮਲੇ ਆ ਉਹਨਾਂ ਦੇ ਵਿੱਚ ਵੀ ਜਲਦ ਤੋਂ ਜਲਦ ਸਜ਼ਾਵਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਇਸ ਸੰਤ ਸਾਹਿਬ।